ਜਿਵੇਂ ਕਹਿੰਦੇ ਆ ਕਾ ਹੱਥ ਸੁਨੇਹਾ ਘੱਲਿਆ ਤੇ ਬਹੁਤ ਲੋਕ ਆਏ ਨੇ ਤਿਰੰਗੇ ਤੇਰਾ ਸਿੱਟਾ ਅਸੀਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਜਿੱਤੇ ਮੋਦੀ ਜੀ ਦੇ ਅਸੀਂ ਗਲਤ ਪਾਵਾਂਗੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਦਾ ਜੋ ਅੱਜ ਰੋਡ ਸ਼ੋਅ ਆ ਉਹ ਕੱਢਿਆ ਜਾ ਰਿਹਾ ਸੰਗਰੂਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਵਰਕਰ ਅਹੁਦੇਦਾਰ ਉਹ ਇੱਥੇ ਦਿਖਾਈ ਦੇ ਰਹੇ ਨੇ ਜੇਕਰ ਲੰਮੀ ਲਾਈਨ ਦੀ ਗੱਲ ਕੀਤੀ ਜਾਵੇ ਤਾਂ ਲੰਮੀ ਲਾਈਨ ਦੇ ਵਿੱਚ ਜੋ ਗੱਡੀਆਂ ਦਾ ਕਾਫਲਾ ਟਰੈਕਟਰ ਮੌਜੂਦ ਨੇ ਗੱਡੀਆਂ ਮੌਜੂਦ ਨੇ ਉੱਥੇ ਅਰਵਿੰਦ ਖੰਨਾ ਇਸ ਤੋਂ ਅੱਗੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਜੋ ਆਗੂ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਆਗੂ ਵੀ ਮੌਜੂਦ ਨੇ ਉੱਥੇ ਹੀ ਜੇਕਰ ਪੰਜਾਬੀ ਫਿਲਮਾਂ ਦੇ ਕਲਾਕਾਰ ਦੀ ਗੱਲ ਕੀਤੀ ਜਾਵੇ ਤਾਂ ਹੌਬੀ ਧਾਲੀਵਾਲ ਸਾਹਮਣੇ ਨਜ਼ਰ ਆ ਰਹੇ ਨੇ ਇਸ ਰੋਡ ਵਿੱਚ ਸ਼ਾਮਿਲ ਹੋਣ ਦੇ ਲਈ ਧਾਲੀਵਾਲ ਸਾਹਿਬ ਰੋਡ ਸ਼ੋਅ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਹੋ ਅੱਜ ਵੱਡਾ ਕਾਫਲਾ ਕਿਸ ਤਰ੍ਹਾਂ ਵੇਖ ਰਹੇ ਬਹੁਤ ਖੁਸ਼ ਹਾਂ ਬਹੁਤ ਵੱਡਾ ਕਾਫਲਾ ਬਹੁਤ ਪਿਆਰ ਮਿਲਿਆ ਲੋਕਾਂ ਦਾ ਔਰ ਜਿਵੇਂ ਕਹਿੰਦੇ ਆ ਕਾ ਹੱਥ ਸੁਨੇਹਾ ਘੱਲਿਆ ਅਤੇ ਬਹੁਤ ਲੋਕ ਆਏ ਨੇ ਮਿਹਰਬਾਨੀ ਸਾਰਿਆਂ ਦੀ ਇੰਨੇ ਵੀ ਆਏ ਨੇ ਮੁਕਾਮ ਕਿਉਂਕਿ ਤੁਸੀਂ ਲਗਾਤਾਰ ਹਲਕੇ ਦੇ ਵਿੱਚ ਵਿਚਰ ਰਹੇ ਹੋ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਲੋਕਾਂ ਦਾ ਅਤੇ ਮੁੱਖ ਮੁਕਾਬਲਾ ਬਹੁਤ ਵਧੀਆ ਜ਼ਿੰਦਾਬਾਦ ਬਿਲਕੁਲ ਇਹ ਗੱਲ ਕੀਤੀ ਜਾਵੇ ਤਾਂ ਹੌਬੀ ਧਾਲੀਵਾਲ ਨੇ ਉਹਨਾਂ ਦਾ ਕਹਿਣਾ ਕਿ ਜੋ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦਾ ਜੋ ਹੁੰਗਾਰਾ ਚੰਗਾ ਹੁੰਗਾਰਾ ਮਿਲ ਰਿਹਾ ਹੌਬੀ ਧਾਲੀਵਾਲ ਅਰਵਿੰਦ ਖੰਨਾ ਦੇ ਰੋਡ ਸ਼ੋਅ ਦੇ ਵਿੱਚ ਸ਼ਾਮਿਲ ਹੋਣ ਆਏ ਨੇ ਅਤੇ ਹੋਰ ਜੋ ਆਗੂ ਨੇ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਹਾਂ ਕਿਸ ਤਰ੍ਹਾਂ ਵੇਖਦੇ ਨੇ ਅੱਜ ਸੰਗਰੂਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਪਰ ਉੱਥੇ ਹੀ ਇਸ ਰੋਡ ਸ਼ੋਅ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਇਸ ਰੋਡ ਸ਼ੋਅ ਦੇ ਵਿੱਚ ਮੌਜੂਦ ਨੇ ਹੌਬੀ ਧਾਲੀਵਾਲ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀ ਅਤੇ ਵਰਕਰ ਇਸ ਰੋਡ ਸ਼ੋਅ ਦੇ ਵਿੱਚ ਮੌਜੂਦ ਨੇ ਜੇਕਰ ਗੱਲ ਕੀਤੀ ਜਾਵੇ ਵੱਡਾ ਕਾਫਲਾ ਅਰਵਿੰਦ ਖੰਨਾ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਇੱਕ ਜੀਪ ਦੇ ਵਿੱਚ ਮੌਜੂਦ ਨੇ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਲੋਕਾਂ ਦਾ ਹਜੂਮ ਦੇਖਣ ਵਾਲਾ ਬੰਦਾ ਮੂਹਰੇ ਗੱਡੀਆਂ ਦਾ ਕਾਫਲਾ ਪਿੱਛੇ ਗੱਡੀਆਂ ਦਾ ਕਾਫਲਾ ਹੱਥਾਂ ਦੇ ਵਿੱਚ ਝੰਡੇ ਫੜੇ ਹੋਏ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਵੇਖਦੇ ਹੋ ਅੱਜ ਦੇ ਰੋਡ ਸ਼ੋਅ ਦਾ ਉਤਸ਼ਾਹ ਭਾਰਤੀ ਜਨਤਾ ਪਾਰਟੀ ਪ੍ਰਤੀ ਇੱਥੋਂ ਦੀ ਲੋਕਲ ਸੀਟ ਉਰੇ ਅਰਵਿੰਦ ਖੰਨਾ ਜਿੱਤਣ ਜਾ ਰਹੇ ਨੇ ਪੰਜਾਬ ਦੇ ਵਿੱਚ ਬਹੁਤ ਵੱਡਾ ਰਿਜ਼ਲਟ ਤਿਰੰਗੇ 13 ਸੀਟਾਂ ਅਸੀਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਜਿੱਤੇ ਮੋਦੀ ਜੀ ਦੇ ਅਸੀਂ ਉਹ ਗਲਤ ਪਾਵਾਂਗੇ ਅਤੇ ਉਰੋਂ ਸੂਰ ਦੇ ਵਿੱਚੋਂ ਸ਼੍ਰੀ ਅਰਵਿੰਦ ਖੰਨਾ ਜੀ ਨੂੰ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਬਣਾ ਕੇ ਅਸੀਂ ਇਹਨਾਂ ਨੂੰ ਉੱਥੇ MP ਬਣਾ ਕੇ ਭੇਜਾਂਗੇ ਅਤੇ ਸੂਰ ਦਾ ਬਹੁਤ ਵੱਡਾ ਸੁਧਾਰ ਹੋਵੇਗਾ ਉਹ ਹੈਪੀ ਹੋਬੀ ਦੇ ਗੱਲ ਕਰੋ ਜੀ ਬਿਲਕੁਲ ਤੁਸੀਂ ਵਰਕਰ ਨੂੰ ਸੁਣਿਆ ਉਹਨਾਂ ਨੇ ਆਖਿਆ ਕਿ ਇਸ ਵਾਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੇਗੀ ਅਤੇ ਕੇਂਦਰ ਦੇ ਵਿੱਚ ਸਰਕਾਰ ਦੇ ਵਿੱਚ ਭਾਗੀਦਾਰੀ ਪਾਊਗੀ।